ਚਮਕੌਰ ਸਾਹਿਬ ਵਿਖੇ ਬਾਬਾ ਸੁਖਵੀਰ ਸਿੰਘ ਕੰਧੋਲਾ ਵੱਲੋਂ ਸਰਟੀਫਿਕੇਟ ਵੰਡੇ ਗਏ। ਅਕਾਲ ਕੰਪਿਊਟਰ ਐਂਡ ਸਟੀਚਿੰਗ ਕੋਰਸ ਫਰੀ ਸੈਂਟਰ ਸ਼੍ਰੀ ਚਮਕੌਰ ਸਾਹਿਬ ਵੱਲੋਂ ਕੋਰਸ ਪੂਰਾ ਹੋਣ 'ਤੇ ਸਰਟੀਫਿਕੇਟ ਵੰਡੇ ਗਏ, ਜਿਸ ਵਿੱਚ ਬਾਬਾ ਸੁਖਵੀਰ ਸਿੰਘ ਕੰਧੋਲਾ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਪਹਿਲੇ ਨੰਬਰ 'ਤੇ ਆਉਣ ਵਾਲੀ ਲੜਕੀ ਨੂੰ ਸੰਸਥਾ ਵੱਲੋਂ ਸਿਲਾਈ ਮਸ਼ੀਨ ਭੇਟ ਕੀਤੀ ਗਈ। ਪੇਸ਼ ਹੈ ਆਰਟੀਵੀ 1 ਦੀ ਖਾਸ ਰਿਪੋਰਟ। ਇੱਕ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਜੀ। ਅੱਜ ਅਸੀਂ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਹੋਏ ਹਾਂ, ਜਿੱਥੇ ਅਕਾਲ ਕੰਪਿਊਟਰ ਸਟੀਚਿੰਗ ਸੈਂਟਰ ਵੱਲੋਂ ਅੱਜ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਹਨ ਅਤੇ ਫਸਟ ਸੈਕਿੰਡ ਆਉਣ ਵਾਲੇ ਨੂੰ ਇਨਾਮ ਵੀ ਦਿੱਤੇ ਗਏ ਹਨ। ਸਾਡੇ ਨਾਲ ਬਾਬਾ ਜੀ ਸੁਖਵੀਰ ਸਿੰਘ ਘੜੋਲੇ ਵਾਲੇ, ਜਿਹੜੇ ਕਿ ਇਸ ਇਲਾਕੇ ਦੀ ਇੱਕ ਨਾਮਵਰ ਸ਼ਖਸੀਅਤ ਨਾਲ ਅਸੀਂ ਗੱਲਬਾਤ ਕਰ ਰਹੇ। ਬਾਬਾ ਜੀ ਕੀ ਕਰ ਰਹੇ ਹੋ? ਅੱਜ ਦਾ ਜੋ ਇਹ ਕਾਰਜ ਅਕਾਲ ਉਸਤਤ ਸੇਵਾ ਮਿਸ਼ਨ ਰਜਿਸਟਰਡ ਕੰਪਿਊਟਰ ਸੈਂਟਰ ਅਤੇ ਸਟੀਚਿੰਗ ਸੈਂਟਰ, ਇਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ। ਜਿਹੜਾ ਇੱਦਾਂ ਦਾ ਉਪਰਾਲਾ, ਬੱਚਿਆਂ ਨੂੰ ਫਰੀ ਕੰਪਿਊਟਰ ਦੀਆਂ ਕਲਾਸਾਂ ਦੇਣੀਆਂ ਅਤੇ ਨਾਲ ਉਹਨਾਂ ਨੂੰ ਸਟੀਚਿੰਗ ਵਗੈਰਾ, ਹੋਰ ਜੋ ਉਹ ਅਗਾਂਹ ਵਧੂ ਕੋਰਸ ਨੇ ਉਹ ਫਰੀ ਦੇ ਤੌਰ 'ਤੇ ਕਰਵਾ ਰਹੇ ਨੇ, ਬਹੁਤ ਵਧੀਆ ਉਪਰਾਲਾ ਜੀ ਇਹ। ਅਤੇ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਜ਼ਿੰਦਗੀ ਵਿੱਚ ਮਿਹਨਤ ਕਰੋ, ਮਿਹਨਤ ਕਰੋ ਜਿੰਨੀ ਕਰ ਸਕਦੇ ਹਾਂ। ਜਦ ਤੱਕ ਆਪਾਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦੇ, ਉਹ ਤੋਂ ਖਾਣਾ ਭੁੱਲ ਜਾਓ, ਸੌਣਾ ਭੁੱਲ ਜਾਓ, ਪਾਉਣਾ ਭੁੱਲ ਜਾਓ, ਹੰਢਾਉਣਾ ਭੁੱਲ ਜਾਓ। ਜਿੱਦਣ ਇਹ ਤੁਸੀਂ ਸਾਰੀਆਂ ਚੀਜ਼ਾਂ ਛੱਡ ਕੇ ਕਾਮਯਾਬ ਹੋ ਜਾਂਦੇ ਆ, ਫਿਰ ਇਹ ਸਾਰੀ ਚੀਜ਼ਾਂ ਆਪਣੇ ਆਪ ਤੁਹਾਡੇ ਨਾਲ ਆ ਜਾਂਦੀਆਂ। ਪਰ ਜਦ ਤੱਕ ਤੁਸੀਂ ਕਿਸੇ ਐਬ ਦੇ ਵਿੱਚ ਆ, ਵੀ ਐਬ ਕੋਈ ਵੀ ਆ, ਤੁਸੀਂ ਅਗਾਂਹ ਨਹੀਂ ਵੱਧ ਸਕਦੇ। ਇਹ ਜਿਹੜੀਆਂ ਬੱਚੀਆਂ ਨੇ ਇੰਨਾ ਕੁਝ ਕੀਤਾ, ਕੋਈ ਫਸਟ ਏ ਗ੍ਰੇਡ 'ਤੇ ਆਈ ਆ, ਕੋਈ ਏ ਡਬਲ ਗ੍ਰੇਡ 'ਤੇ ਆਈ ਆ, ਅਤੇ ਉਹ ਇਹਨਾਂ ਦੇ ਅਗਾਂਹ ਵਧੂ ਸੋਚ ਦਾ ਇੱਕ ਪ੍ਰਤੀਕ ਆ। ਪਰ ਜੇ ਇੱਥੇ ਹੀ ਰੁਕ ਜਾਣ ਇਹ, ਫਿਰ ਨਹੀਂ ਕੁਝ ਬਣਨਾ। ਪਰ ਜੇ ਇਹ ਅੱਗੇ ਅੱਗੇ ਹੋਰ ਵਧਣ ਵਧਣ, ਤਾਂ ਜਿਹੜਾ ਇਹ ਮੈਂ ਕਹਿ ਸਕਦਾ ਵੀ ਪੜ੍ਹੇ ਲਿਖੇ ਬੱਚੇ ਵਾਸਤੇ ਜਿਹੜੀ ਦੁਨੀਆ ਉਹ ਮੁੱਠੀ ਚੁਣ। ਹਾਂਜੀ, ਇਸ ਜਿਹੜੇ ਸਰਟੀਫਿਕੇਟ ਵੰਡ ਦੇ ਮੌਕੇ ਪ੍ਰੋਫੈਸਰ ਰਮੇਸ਼ ਚੰਦ ਢੰਡ ਜੀ ਵੀ ਸਾਡਾ ਹਾਂ ਪੰਡ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਾਲ ਉਸ ਜਿਹੜੀ ਸੰਸਥਾ ਚੱਲ ਰਹੀ ਹੈ, ਉਸਦਾ ਕੰਮ ਬਾਕੀ ਬਹੁਤ ਸ਼ਲਾਘਾਯੋਗ ਆ, ਔਰ ਬੱਚਿਆਂ ਨੂੰ ਟ੍ਰੇਨਿੰਗ ਦੇਣੀ, ਖਾਸ ਤੌਰ 'ਤੇ ਸੈਲਫ ਇੰਪਲਾਇਮੈਂਟ ਲਈ, ਬਹੁਤ ਹੀ ਅੱਛਾ ਕੰਮ ਆ। ਔਰ ਮੈਂ ਇਹਨਾਂ ਨੂੰ ਇਸ ਮੌਕੇ 'ਤੇ ਵਧਾਈ ਦਿੰਦਾ, ਔਰ ਕਿ ਇਸ ਤਰ੍ਹਾਂ ਇਹਨਾਂ ਦਾ ਕੰਮ ਦਿਨ ਦੁੱਗਣੀ ਰਾਤ ਚੁੱਗਣੀ ਵੱਧਦਾ ਰਹੇ, ਔਰ ਲੋਕਾਂ ਨੂੰ ਇਹਦਾ ਫਾਇਦਾ ਸੰਸਥਾ ਤੋਂ ਹੋ ਰਿਹਾ। ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਆ, ਇਸ ਲਈ ਇਹਨਾਂ ਦੇ ਧੰਨਵਾਦ ਜੀ ਸਰ। ਹਾਂਜੀ, ਇਹ ਨਾ ਮੈਂ ਭਾਈ ਸੁਖਵੀਰ ਸਿੰਘ, ਪਿੰਡ ਕੰਦੋਲਾ। ਅਕਾਲ ਉਸਤਤ ਜੋ ਕੰਪਿਊਟਰ ਸੈਂਟਰ ਚੱਲ ਰਿਹਾ, ਇਹਨਾਂ ਦੇ ਵੱਲੋਂ ਡਿਮਾਂਡ ਸੀ ਕਿ ਬੱਚੀਆਂ ਵਾਸਤੇ ਨਾ ਸਾਨੂੰ ਸਕੈਨਰ ਚਾਹੀਦਾ, ਅਤੇ ਉਹ ਸ਼੍ਰੀ ਗੁਰੂ ਹਾਰਾ ਸਾਹਿਬ ਦੇਸੀ ਦਵਾਖਾਨਾ ਪਿੰਡ ਕੰਦੋਲਾ, ਅਸੀਂ ਤਤਪਰ ਹਾਂ, ਜਦੋਂ ਮਰਜ਼ੀ ਜੀ ਕਰੇ ਇਹਨਾਂ ਦਾ। ਦੋ ਕੁ ਦਿਨ ਮੈਂ ਬਿਜ਼ੀ ਹਾਂ ਜੀ, ਪਰ ਦੋ ਦਿਨ ਤੋਂ ਬਾਅਦ ਜਦੋਂ ਜੀ ਕਰੇ ਮੈਂ ਸਕੈਨਰ ਦੇਣ ਨੂੰ ਤਿਆਰ ਹਾਂ। ਅਤੇ ਨਾਲ ਇਹਦੇ ਵਿੱਚ ਮੈਂ ਇੱਕ ਹੋਰ ਬੇਨਤੀ ਕਰਦਾ, ਕਿਉਂਕਿ ਇਹ ਮੀਡੀਆ 'ਤੇ ਬੋਲ ਰਹੇ ਆਪਾਂ, ਸਾਊਦੀ ਅਰਬ ਦੇ ਵਿੱਚ ਇੱਕ ਸਾਡਾ ਪੰਜਾਬੀ ਮੁੰਡਾ ਫਸਿਆ ਹੋਇਆ, ਉਹਦੀ ਡੇਲੀ ਵੀਡੀਓ ਪਾਉਂਦੇ ਆ ਉਹ, ਵੀ ਇਹਦਾ ਸਿਰ ਕਲਮ ਕਰਨਾ ਸੀ ਭਲੇ ਬਾਜ਼ਾਰ 'ਚ, ਇਹਨੂੰ ਸ਼ਰੇਆਮ ਮੌਤ ਦੇਣੀ ਆ। ਉਹ ਮੈਂ ਕੱਲ੍ਹ ਵੀ ਉਹਨਾਂ ਨੂੰ ਕਮੈਂਟ ਕਰਿਆ ਸੀਗਾ ਵੀ ਮੇਰੇ ਲੈ ਕੇ ਜੋ ਵੀ ਸੇਵਾ ਉਹ ਮੈਂ ਦੇਣ ਨੂੰ ਤਿਆਰ ਹਾਂ। ਉਹ ਕਰੋੜ ਰੁਪਏ ਦੀ ਮੰਗ ਕਰਦੇ ਆ, ਪਰ ਕਰੋੜ ਤਾਂ ਨਹੀਂ ਦੇ ਸਕਦਾ, ਪਰ ਜੇ ਆਪਾਂ ਸਾਰੇ ਹਿੰਦੁਸਤਾਨ ਵਾਸੀ ਥੋੜ੍ਹੇ ਥੋੜ੍ਹੇ ਕਰਕੇ ਵੀ ਦਈਏ, ਤਾਂ ਅਸੀਂ ਉਦੋਂ ਅਸੀਂ ਬੱਚਿਆਂ ਨੂੰ ਛੜਾ ਸਕਾਂਗੇ। ਇਹ ਮੇਰਾ ਕਮੈਂਟ ਹੈ, ਜਿੰਨੀ ਮੇਰੇ ਵੱਲੋਂ ਮਦਦ ਕਿਸੇ ਨੂੰ ਵੀ ਚਾਹੀਦੀ ਆ, ਮੇਰਾ ਫੋਨ ਨੰਬਰ 9501250507, ਉਹਦੇ ਮੈਂ ਖੜਨਾ। ਇਹ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ, ਧੰਨਵਾਦ ਹੈ ਜੀ। ਹਾਂਜੀ, ਅਤੇ ਆਪਾਂ ਕੁਛ ਬੱਚਿਆਂ ਨਾਲ ਵੀ ਗੱਲ ਕਰਦੇ ਹਾਂ, ਜਿਹੜੇ ਬੱਚੇ ਇੱਥੇ ਜਿਨ੍ਹਾਂ ਨੇ ਮੁਫਤ ਸਿੱਖਿਆ ਲਈ ਹੈ, ਕਿਆ ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਸੰਸਥਾ ਜਿਹੜੀ ਵਧੀਆ ਕੰਮ ਕਰ ਰਹੀ ਹੈ? ਪਿੱਛੇ ਬੱਚੇ ਖੜ੍ਹੇ ਹਨ ਜਿਨ੍ਹਾਂ ਨੇ ਕੰਪਿਊਟਰ ਦੀ ਸਿੱਖਿਆ ਜਿਹੜੀ ਲਈ ਹੈ ਇਸ ਜਗ੍ਹਾ ਤੋਂ। ਤੁਸੀਂ ਕੰਪਿਊਟਰ ਦੀ ਸਿੱਖਿਆ ਲਈ ਹੈ ਇੱਥੇ, ਮੁਫਤ ਲਈ ਹੈ? ਬਿਲਕੁਲ। ਹਾਂਜੀ। ਅਤੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ? ਵਧੀਆ ਲੱਗਿਆ।
ਕਿੰਨੇ ਕੁ ਦਿਨ ਦਾ ਕੰਪਿਊਟਰ ਕੋਰਸ ਸੀ? ਅਸੀਂ 6 ਮਹੀਨੇ ਦਾ ਕੀਤਾ ਜੀ। 6 ਮਹੀਨੇ? ਹਾਂਜੀ। ਤੇ 6 ਮਹੀਨੇ ਦੇ ਵਿੱਚ ਕੀ ਕੀ ਸਿੱਖਿਆ ਤੁਸੀਂ? ਅਸੀਂ ਕੰਪਿਊਟਰ ਬੇਸਿਕ ਤੇ ਸਟਿਚਿੰਗ ਜੀ। ਹਾਂਜੀ, ਬਹੁਤ ਨੌਲੇਜ ਮਿਲੀ ਹੈ ਮੈਡਮ, ਬਹੁਤ ਚੰਗੇ ਸਾਡੇ ਬੱਚਿਆਂ ਵਾਂਗ ਘਰ ਵਾਂਗ ਸਿਖਾਇਆ ਜੀ ਬੱਚਿਆਂ ਵਾਂਗ। ਕੀ ਨਾਮ ਤੁਹਾਡਾ? ਰਜਿੰਦਰ ਕੌਰ। ਤੁਸੀਂ ਕਿੱਥੋਂ ਆਉਂਦੇ? ਚਮਕੌਰ ਸਾਹਿਬ ਲੋਕਲ ਨੇ। ਚਮਕੌਰ ਸਾਹਿਬ ਤੇ ਇਸ ਤੋਂ ਬਾਅਦ ਹੁਣ ਤੁਸੀਂ ਇਹ ਕੋਰਸ ਕਰਨ ਤੋਂ ਬਾਅਦ ਅਗਲੀ ਕੀ ਤੁਹਾਡੀ ਪਲਾਨਿੰਗ? ਅੱਜ ਸੋਚਦੇ ਵੀ ਅੱਗੇ ਅਸੀਂ ਕੋਈ ਜੌਬ ਵਗੈਰਾ ਦੇਖੀਏ ਜੀ। ਹਾਂ, ਬਹੁਤ ਵਧੀਆ ਗੱਲ ਹੈ ਵੀ ਜਦੋਂ ਕੋਈ ਸਰਟੀਫਿਕੇਟ ਕਿਸੇ ਦੇ ਹੱਥ ਵਿੱਚ ਆ ਜਾਂਦਾ ਤਾਂ ਉਹ ਸਰਟੀਫਿਕੇਟ ਦਿਖਾ ਕੇ ਕਿਤੇ ਵੀ ਜੌਬ ਆਪਾਂ ਟਰਾਈ ਕਰ ਸਕਦੇ ਹਾਂ। ਹਾਂਜੀ, ਕੀ ਨਾਮ ਹੈ ਜੀ? ਸਿਮਰਨਜੀਤ ਕੌਰ। ਸਿਮਰਨਜੀਤ ਕੌਰ ਜੀ, ਤੁਸੀਂ ਕੰਪਿਊਟਰ ਦਾ ਕੋਰਸ ਕਰਿਆ, ਕਿਸ ਤਰ੍ਹਾਂ ਲੱਗਿਆ? ਬਹੁਤ ਵਧੀਆ ਲੱਗਿਆ, ਬਹੁਤ ਮੈਮ ਨੇ ਮਤਲਬ ਕਹਿਣ ਦਾ ਭਾਵ ਬਹੁਤ ਆਪਣੇ ਪਿਆਰ ਨਾਲ ਸਮਝਾਉਂਦੇ ਰਹੇ ਆ, ਸਾਰਾ ਕੁਛ ਸਮਝ ਆਉਂਦਾ ਰਿਹਾ ਹੈ ਅਤੇ ਆਪਣੇ ਘਰ ਮੰਗਣਾ ਰੱਖਿਆ ਮੈਡਮ ਨੇ, ਆਪਣੇ ਬੱਚਿਆਂ ਵਾਂਗੂ ਰੱਖਿਆ ਸਾਨੂੰ। ਹਾਂਜੀ, ਤੁਸੀਂ ਕੀ ਕੀ ਸਿੱਖਿਆ? ਮੈਂ ਕੰਪਿਊਟਰ ਐਂਡ ਸਟਿਚਿੰਗ। ਸਟਿਚਿੰਗ 'ਚ ਜਿਵੇਂ ਛੋਟੇ ਬੱਚਿਆਂ ਦੇ ਕੱਪੜੇ ਹੋ ਗਏ, ਹੈ ਨਾ, ਜਿਵੇਂ ਲੇਡੀਜ਼ ਸੂਟ ਹੋ ਗਏ। ਚਲੋ, ਵਧੀਆ ਗੱਲ ਹੈ ਜੀ, ਇਹਨਾਂ ਵੱਲੋਂ ਵੀ ਵਧਾਈ ਦਿੰਦੇ ਹਾਂ ਵੀ ਸੈਂਟਰ ਵੱਲੋਂ। ਮੈਨੂੰ ਥੋੜ੍ਹਾ ਨਾ ਦਲਵੀਰ ਕੌਰ ਜੀ, ਸਟਿਚਿੰਗ ਦੇ ਸੀਗੇ। ਹਾਂਜੀ, ਹਾਂਜੀ, ਅੱਗੇ ਹੀ ਦੇਖਦੇ ਹਾਂ ਜੋ ਕੁਛ ਵੀ ਬਣਿਆ ਕੰਮ। ਚਲੋ, ਅਸੀਂ ਗੱਲ ਕਰਾਂਗੇ ਹੁਣ ਲਾਸਟ ਦੇ ਵਿੱਚ ਜਿਹੜੇ ਸਕੂਲ ਦੇ MD ਵੀ ਕਹਿ ਸਕਦੇ, ਪ੍ਰਿੰਸੀਪਲ ਵੀ ਕਹਿ ਸਕਦੇ ਹਾਂ, ਮੈਡਮ ਗੁਰਮੀਤ ਕੌਰ ਜੀ ਅਤੇ ਮੈਡਮ ਜੀ, ਧੰਨਵਾਦ ਤੁਹਾਡਾ, ਕਿਸ ਤਰ੍ਹਾਂ ਲੱਗਿਆ ਤੁਹਾਨੂੰ ਅੱਜ? ਹਾਂਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭਾਅ ਜੀ, ਧੰਨਵਾਦ, ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਹਾਂ। ਠੀਕ ਹੈ ਜੀ, ਅਸੀਂ ਅਕਾਲ ਕੰਪਿਊਟਰ ਐਂਡ ਸਟਿਚਿੰਗ ਸੈਂਟਰ ਚਲਾ ਰਹੇ ਹਾਂ, ਸਾਨੂੰ 1 ਸਾਲ ਹੋ ਗਿਆ ਇਹਨੂੰ ਚਲਾਉਂਦੇ ਨੂੰ। ਹੁਣ ਅਸੀਂ ਕੁੜੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਗਾਂਹ ਵੀ ਹੁਣ ਮਤਲਬ ਕਿ ਹੋਰ ਵੀ ਪਿੰਡਾਂ ਦੀਆਂ ਕੁੜੀਆਂ ਆ ਕੇ ਵੱਧ ਤੋਂ ਵੱਧ ਇੱਥੇ ਫਾਇਦਾ ਚੱਕਣ। ਮਤਲਬ ਫ੍ਰੀ ਆ ਸਾਰਾ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਮਾਹੌਲ ਦੇ ਹਿਸਾਬ ਨਾਲ ਕਿੰਨੀ ਮਤਲਬ ਮਹਿੰਗਾਈ ਆ, ਵੀ ਕੋਈ ਫ੍ਰੀ ਨਹੀਂ ਸਿਖਾਉਂਦਾ। ਕੰਪਿਊਟਰ ਇੱਕ ਅੱਜ ਦੇ ਯੁੱਗ ਦਾ ਬਹੁਤ ਅਹਿਮ ਹੈ। ਹਾਂਜੀ ਹਾਂਜੀ, ਹਰ ਇੱਕ ਜਗ੍ਹਾ ਮਤਲਬ ਇਹਨੂੰ ਯੂਜ਼ ਕਰਿਆ ਜਾਂਦਾ ਹੈ। ਅੱਜ ਕਿੰਨੇ ਤੁਹਾਡੇ ਬੱਚੇ ਇੱਥੇ ਪੜ੍ਹਦੇ ਸੀਗੇ ਤੇ ਕਿੰਨੇ ਬੱਚੇ ਤੁਹਾਡੇ? ਸਾਡੇ ਕੋਲ 15 ਕੁੜੀਆਂ ਸੀਗੀਆਂ ਜੀ ਸਿਲਾਈ ਵਾਲੀਆਂ ਤੇ 10 ਕੁੜੀਆਂ ਕੰਪਿਊਟਰ ਵਾਲੀਆਂ ਸੀ। ਉਹਨਾਂ ਦਾ ਸਾਰੀਆਂ ਦਾ ਪੂਰਾ ਹੋ ਚੁੱਕਿਆ ਹੈ ਹੁਣ ਕੋਰਸ, ਅੱਗੇ ਵੀ ਚਲੋ ਹੁਣ ਆ ਰਹੀਆਂ ਹੌਲੀ ਹੌਲੀ ਕੁੜੀਆਂ। ਤੁਸੀਂ ਅਪੀਲ ਕਰ ਸਕਦੇ ਹੋ ਆਪਣੇ? ਹਾਂਜੀ ਹਾਂਜੀ, ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਆਪਣੀਆਂ ਬੇਟੀਆਂ ਨੂੰ ਇੱਥੇ ਸਾਡੇ ਕੋਲ ਭੇਜੋ।